ਦੇਖੋ ਜੀ, ਸਾਡਾ ਗੁਰਦਾਸਪੁਰ ਵਾਲੀ ਘਟਨਾ ਸੰਬੰਧ ਦੇ ਵਿੱਚ ਅਸੀਂ ਪੈਂਡਰੋਨ ਸਟ੍ਰਾਈਕ ਨਹੀਂ ਕੀਤੀ, ਲੇਕਿਨ ਜਿਹੜੇ ਉੱਥੇ ਵਰਡਸ ਐਕਸਚੇਂਜ ਹੋਏ ਹੈ ਡੈਪਟੀ ਕਮਿਸ਼ਨਰ ਸਾਹਿਬ ਦੇ ਨਾਲ, MLA ਸਾਹਿਬ ਵੱਲੋਂ, ਉਹ ਜਿਹੜੀ ਭਾਸ਼ਾ ਜਿਹੜੀ ਸੋਚਦੇ ਹੈ ਕਿ ਉਹ ਸਹੀ ਭਾਸ਼ਾ ਨਹੀਂ ਸੀਗੀ, ਉਹ ਸਹੀ ਭਾਸ਼ਾ ਵਰਤੀ ਨਹੀਂ ਗਈ। ਇਹ ਬਹੁਤ ਲੰਬੀ ਨਹੀਂ ਹੈ, ਕੋਈ ਤਾਜ਼ਾ ਘਟਨਾ ਹੈਗੀਆਂ। ਸੋ ਇਸ ਕਰਕੇ ਅਸੀਂ ਉਹ ਚੀਜ਼ਾਂ ਨੂੰ ਲੈ ਕੇ ਅਸੀਂ ਕਿਹਾ ਵੀ ਜੋ ਸਾਡਾ ਇੱਕ ਡਿਊਟੀ ਬਣਦੀ ਹੈ ਇੱਕ ਸਰਕਾਰ ਨੂੰ, ਅਸੀਂ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਸਾਡੀ ਅਸੀਂ ਸਾਡੇ ਨਾਲ ਇਹ ਨਜ਼ਦੀਕੀਆਂ ਹੋ ਰਹੀਆਂ, ਇਹਦੇ ਬਾਰੇ ਜ਼ਰੂਰ ਸੋਚਿਆ ਜਾਵੇ। ਸੋ ਮੇਰਾ ਕੱਲ੍ਹ ਨਹੀਂ, ਐਸਾ ਕੋਈ ਨਹੀਂ, ਅਫਸਰ ਆਪਣੇ ਹਿਸਾਬ ਨਾਲ ਇਹ ਕੰਮ ਰੂਟੀਨ 'ਚ ਕਰੀ ਜਾਂਦੇ ਹੈਗੇ ਆ, ਜੋ ਅਫਸਰ ਸਾਰੇ ਕੰਮ ਆਪਣੇ ਮੁਤਾਬਕ ਕਾਨੂੰਨ ਦੇ ਮੁਤਾਬਕ ਸਹੀ ਕਰਦੇ ਆ। ਜਿਹੜਾ ਦਰਜ ਹੋਇਆ ਉਹਦੇ 'ਚ ਆਰੋਪੀ ਹਾਈ ਕੋਰਟ ਗਿਆ ਚਲਾਇਆ, ਕਿਸ ਮਾਮਲੇ ਦੀ ਤੁਸੀਂ ਗੱਲ ਕਰ ਰਹੇ ਹੋ? ਦੇਖੋ ਜੀ, ਬਟਾਲੇ ਵਾਲੇ ਦਾ ਦੇਖੋ, ਅਸੀਂ ਉਸ ਸਿਲਸਿਲੇ ਦੇ ਵਿੱਚ ਇਕੱਠੇ ਨਹੀਂ ਹੋਏ ਹਾਂ, ਸਾਡਾ ਚੀਜ਼ ਹੀ ਹੋ ਰਹੀ ਹੈ, ਸਾਡੀਆਂ ਆਪਣੀਆਂ ਡਿਮਾਂਡਸ ਹੈ, ਅਸੀਂ ਉਸ ਸੰਬੰਧ ਵਿੱਚ ਇਹ ਉੱਥੇ ਤੁਸੀਂ ਬਟਾਲੇ ਗੱਲ ਕਰ ਸਕਦੇ ਹੋ ਜੇ ਗਏ ਹੋਏ ਉਹਦੇ ਬਾਰੇ। 19 PCS ਆਫਿਸਰ ਜਿਹੜੇ ਸਾਰੇ ਹਾਜ਼ਰ ਨੇ, ਟੋਟਲ ਜਿਹੜੀ ਕੰਪਲੀਟ ਅਸੀਂ ਰਹਾਂਗੇ। PCS ਆਫਿਸਰ ਐਸੋਸੀਏਸ਼ਨ ਪੰਜਾਬ ਦੇ ਸੱਦੇ ਦੇ ਉੱਪਰ ਅਸੀਂ ਅੱਜ ਲੁਧਿਆਣੇ ਦੇ PCS ਆਫਿਸਰ ਪੈਂਡਰੋ ਸਟ੍ਰਾਈਕ ਦੇ ਉੱਪਰ ਹਾਂ। ਇਹ ਜਿਹੜੀ ਕੌਲ ਹੈ ਇਹ ਕੇਵਲ ਲੁਧਿਆਣੇ ਵਿੱਚ ਨਹੀਂ ਹੈ, ਪੂਰੇ ਪੰਜਾਬ ਦੇ ਵਿੱਚ ਹੈ। ਅੱਜ ਅਸ ਇਸ ਜ਼ਿਲ੍ਹੇ ਦੇ ਟੋਟਲ PCS ਆਫਿਸਰ ਜਿਹੜੇ ਹੈ ਪੈਂਡ ਆਨ ਸਟ੍ਰਾਈਕ ਦੇ ਉੱਪਰ ਹਨ। ਜਿਵੇਂ ਤੁਸੀਂ ਦੇਖਿਆ ਕਿ ਪਿਛਲੇ ਕਈ ਸਮੇਂ ਦੇ ਉੱਪਰ ਜਿਹੜੇ PCS ਆਫਿਸਰ ਨੇ ਆਪਣੇ ਆਪ ਨੂੰ ਬਹੁਤ ਇਨਸਿਕਿਓਰ ਮਹਿਸੂਸ ਕਰ ਰਹੇ ਨੇ, ਖਾਸ ਕਰਕੇ ਜੋ ਫੀਲਡ ਦੇ ਵਿੱਚ ਹੈ ਉਹਨਾਂ ਲਈ ਜੋਬ ਕਰਨੀ ਬੜੀ ਮੁਸ਼ਕਲ ਹੋ ਗਈ ਹੈ। ਬਹੁਤ ਸਾਰੇ ਇੰਸੀਡੈਂਟ ਤੁਹਾਡੇ ਸਾਹਮਣੇ ਹੈ, ਜੀਰੇ ਦਾ ਇੰਸੀਡੈਂਟ ਤੁਸੀਂ ਦੇਖ ਲਓ, SDM ਨੂੰ ਉਹਦੀ ਸਮੇਤ ਗੱਡੀ ਦਰਿਆ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਵਾਸਤੇ ਵੀ ਉੱਥੇ ਮੌਕੇ 'ਤੇ ਪੁਲਿਸ ਖੜ੍ਹੀ ਹੈ, ਉਹਨਾਂ ਨੇ ਇਹ ਨਹੀਂ ਸੋਚਿਆ ਵੀ FIR ਦਰਜ ਕੀਤੀ ਜਾਵੇ। ਉਹਦੇ ਵਾਸਤੇ ਵੀ ਜੱਦੋ ਜਹਿਦ ਕਰਨ ਤੋਂ ਬਾਅਦ ਹੀ FIR ਦਰਜ ਹੋਈ ਹੈ। FIR ਦਰਜ ਹੋਣ ਤੋਂ ਬਾਅਦ ਵੀ ਫਰਦਰ ਜਿਹੜੀ ਹੈ, ਕਿਉਂਕਿ ਇੱਕ ਆਫਿਸਰ, ਇੱਕ SDM ਹੈਗਾ, ਇੱਕ ਅਥਾਰਟੀ ਹੈਗਾ, ਉਸ ਨੂੰ ਉਹਨਾਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ, ਗੱਡੀ ਦਾ ਨੁਕਸਾਨ ਕੀਤਾ, ਤਾਂ ਬੰਦੇ ਫਿਰ ਅਰੈਸਟ ਨਹੀਂ ਕੀਤੇ ਜਾਂਦੇ। ਇਸ ਕਰਕੇ ਔਰ ਜਿਹੜਾ ਖਾਸ ਜਿੱਦਾਂ ਪਿੱਛੇ ਲੁਧਿਆਣੇ ਵਿੱਚ ਇੰਸੀਡੈਂਟ ਹੋਇਆ ਹੈਗਾ, ਇਸੇ ਤਰ੍ਹਾਂ ਤੁਸੀਂ ਧੂਰੀ ਦਾ ਇੰਸੀਡੈਂਟ ਦੇਖਿਓ ਵੀ 3 ਦਿਨ ਜਿਹੜੇ ਸਾਡੇ SDM ਔਰ ਖਾਸ ਕਰਕੇ ਰੈਵਨਿਊ ਆਫਿਸਰ ਹੈ ਉਹਨਾਂ ਨੂੰ ਕੈਦ ਕਰਕੇ ਰੱਖਿਆ ਗਿਆ ਹੈ, ਔਰ ਉਹਨਾਂ ਦੀ ਮਦਦ ਦੇ ਵਿੱਚ ਕੋਈ ਅਧਿਕਾਰੀ ਹੋਰ ਨਹੀਂ ਆਏ, ਔਰ ਪੁਲਿਸ ਨੇ ਉਹਨਾਂ ਦੀ ਮਦਦ ਨਹੀਂ ਕੀਤੀ। ਉਸ ਵਾਸਤੇ ਵੀ FIR ਦਰਜ ਕਰਾਉਣ ਲਈ ਜੱਦੋ ਜਹਿਦ ਕਰਨੀ ਪਈ ਹੈ। ਔਰ ਹੋਰ ਜਿਹੜੇ ਹੁਣ ਮੋਗੇ ਦਾ ਇੰਸੀਡੈਂਟ ਲੈ ਲਓ, ਨਿਹਾਲ ਸਿੰਘ ਵਾਲੇ ਦਾ ਇੰਸੀਡੈਂਟ ਲਓ, ਬਹੁਤ ਸਾਰੇ ਇੰਸੀਡੈਂਟ ਹੋਏ ਨੇ ਜਿਨ੍ਹਾਂ ਕਰਕੇ ਸਾਨੂੰ ਅਜੇ ਪੈਂਡਰ ਸਟ੍ਰਾਈਕ ਕਰਨੀ ਪਈ। ਇਸ ਦੇ ਨਾਲ ਕੇਵਲ ਇਹੀ ਨਹੀਂ ਹੈ, ਸਾਡੀਆਂ ਹੋਰ ਬਹੁਤ ਸਾਰੀਆਂ ਡਿਮਾਂਡਸ ਹੈ। ਜਿਸ ਤਰ੍ਹਾਂ PCS ਅਫਸਰ ਹੁੰਦਾ, 15,600 ਰੁਪਈਆ ਉਹਨੂੰ 2 ਸਾਲ ਲਈ ਤਨਖਾਹ ਮਿਲਦੀ ਹੈ, ਔਰ ਕਿੰਨੇ ਉਸਨੂੰ ਕੰਮ ਕਰਨੇ ਪੈਂਦੇ ਆ, ਇਹ ਵੀ ਸਾਡੀ ਡਿਮਾਂਡ ਹੈਗੀ ਆ। ਸਾਡੇ ਕੋਲ ਜਿਹੜਾ ਸਟਾਫ ਹੈ ਉਹ ਬਿਲਕੁਲ ਸਟਾਫ ਨਹੀਂ ਹੈਗਾ। PCS ਆਫਿਸਰ ਜਿਹੜੇ ਹੈ ਬੜੇ ਔਖੇ ਸਮੇਂ ਦੇ ਵਿੱਚ ਕੰਮ ਕਰ ਰਿਹਾ, ਕਿਉਂਕਿ ਅੱਜ ਜਿਹੜਾ PCS ਅਫਸਰ ਨੂੰ ਸਾਰੇ ਡਿਪਾਰਟਮੈਂਟਸ ਦਾ ਕੰਮ ਹੈ ਉਹ ਉਹਨੂੰ ਦਿੱਤਾ ਗਿਆ, ਚਾਹੇ ਤੁਸੀਂ ਜੋਬ ਮੇਲਾ ਲੈ ਲਓ, ਚਾਹੇ ਲਾਲ ਕਾਰਡ ਨੀਲੇ ਕਾਰਡ ਬਣਾਉਣੇ ਆ, ਕੋਈ ਵੀ ਡਿਪਾਰਟਮੈਂਟ ਦਾ ਕੰਮ ਹੈ, ਅੱਜ ਉਹ ਜਿਹੜੀ ਐਂਟਾਇਰ ਜ਼ਿੰਮੇਵਾਰੀ ਹੈ PCS ਆਫਿਸਰ ਦੀ ਬਣ ਗਿਆ। PCS ਆਫਿਸਰ ਜਿਹੜੇ ਆ ਅੱਜ ਟੋਟਲ ਇਨਸਿਕਿਓਰ ਕਰਦੇ ਆ, ਉਹਨਾਂ ਦੀ ਡਿਗਨਿਟੀ ਦੇ ਉੱਪਰ ਹਮਲੇ ਕੀਤੇ ਜਾਂਦੇ। ਇੱਦਾਂ ਦੀਆਂ ਮੰਗਾਂ ਨੂੰ ਲੈ ਕੇ ਜਿਹੜੀਆਂ ਸਰਕਾਰ ਪਾਸ ਪੈਂਡਿੰਗ ਨੇ, ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦਾ ਜਿਹੜੇ ਹੈਗਾ ਸਟੇਟਸ ਹੈਗਾ ਔਰ ਲੋਕਾਂ ਦੇ ਵਿੱਚ ਇੱਕ ਸਰਕਾਰ ਦੇ ਨੁਮਾਇੰਦੇ ਦੇ ਤੌਰ 'ਤੇ ਕੰਮ ਕਰਦੇ ਰਹੇ, ਲੋਕਾਂ ਵਿੱਚ ਉਹਨਾਂ ਦੀ ਪਹਿਚਾਣ ਬਣੀ ਰਹਿਣੀ ਚਾਹੀਦੀ ਹੈ। ਕਿਉਂਕਿ ਜਦੋਂ ਆਪਣੇ ਆਪ ਨੂੰ ਇਹ ਮਹਿਸੂਸ ਕਰਦੇ, ਇਨਸਿਕਿਓਰ ਮਹਿਸੂਸ ਕਰਦੇ ਆ, ਤਾਂ ਲੋਕਾਂ ਦੇ ਵਿੱਚ ਵੀ ਉਹ ਉਸਦਾ ਉਲਟ ਜਿਹੜਾ ਹੈਗਾ ਅਸਰ ਜਾਂਦਾ ਹੈ। ਸਰ, ਗੁਰਦਾਸਪੁਰ